ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਆਫੀਸ਼ੀਅਲ YouTube ਚੈਨਲ Meet Academy ਦੇ ਉੱਤੇ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਪੰਜਾਬ ਪੋਸਟ ਆਫਿਸ ਜਿਹੜੀ ਰੀਸੈਂਟਲੀ ਰਿਕਰੂਟਮੈਂਟ ਆਊਟ ਕੀਤੀ ਗਈ ਹੈ ਉਹਦੇ ਵਾਸਤੇ ਤੁਸੀਂ ਕਿਵੇਂ ਅਪਲਾਈ ਕਰਨਾ ਕੀ ਕੀ ਐਲੀਜੀਬਿਲਿਟੀ ਦੱਸੀ ਗਈ ਹੈ ਸੈਲਰੀ ਕਿੰਨੀ ਹੋਊਗੀ ਤੇ ਕਿਹੜੇ-ਕਿਹੜੇ ਪੰਜਾਬ ਦੇ ਕੈਂਡੀਡੇਟ ਇੱਥੇ ਅਪਲਾਈ ਕਰ ਸਕਦੇ ਨੇ ਤੇ ਅਦਰ ਰਿਕੁਆਇਰਮੈਂਟ ਕੀ ਹੈ ਮੈਂ ਤੁਹਾਨੂੰ ਸਾਰਾ ਇਸ ਵੀਡੀਓ ਵਿੱਚ ਦੱਸਾਂਗੀ ਵੀਡੀਓ ਨੂੰ ਪੂਰਾ ਜ਼ਰੂਰ ਵੇਖਿਓ ਅਤੇ ਇਸੇ ਤਰ੍ਹਾਂ ਤੁਸੀਂ ਜਾਣਦੇ ਹੋ ਪੰਜਾਬ ਸਟੇਟ ਦੀ ਹਰ ਇੱਕ ਭਰਤੀ ਦੀ ਜਾਣਕਾਰੀ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਵੇ ਮੈਂ ਤਾਂ ਚੈ ਤੁਹਾਨੂੰ ਜਲਦੀ ਸਬਸਕ੍ਰਾਈਬ ਨਾਲ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰੋ ਇਹਨਾਂ ਤੁਹਾਨੂੰ ਫ੍ਰੀ ਦੇ ਵਿੱਚ ਨੋਟੀਫਿਕੇਸ਼ਨ ਆ ਜਾਊਗਾ ਜਦ ਵੀ ਮੈਂ ਤੁਹਾਡੇ ਵਾਸਤੇ ਕੋਈ ਨਵੀਂ ਜਾਣਕਾਰੀ ਲੈ ਕੇ ਆਵਾਂਗੀ ਬਾਕੀ ਪੰਜਾਬ ਦੇ ਵਿੱਚ ਇਸ ਰਿਕਰੂਟਮੈਂਟ ਤੋਂ ਇਲਾਵਾ ਲਗਭਗ 7 ਨਵੇਂ ਨੋਟੀਫਿਕੇਸ਼ਨ ਆਇਆ ਲੋਕਲ ਗਵਰਨਮੈਂਟ ਦੇ ਨੋਟੀਫਿਕੇਸ਼ਨ ਹੈ ਉਹਨਾਂ ਵਾਸਤੇ ਵੀ ਕਾਫੀ ਕੈਂਡੀਡੇਟ ਜਿਹੜੇ ਐਲੀਜੀਬਲ ਹੋਣਗੇ 10ਵੀਂ 12ਵੀਂ ਗ੍ਰੈਜੂਏਸ਼ਨ ਡਿਪਲੋਮਾ ਡਿਗਰੀ ਸਭ ਲਈ ਕੋਈ ਨਾ ਕੋਈ ਵੈਕੈਂਸੀ ਤੁਹਾਨੂੰ ਦੇਖਣ ਨੂੰ ਮਿਲਣ ਗਿਆ ਸਾਡੀ ਆਫੀਸ਼ੀਅਲ ਸਾਈਟ ਤੇ ਮੈਂ ਅਪਡੇਟ ਕਰਕੇ ਆ ਚੁੱਕੀ ਹਾਂ ਜਦੋਂ ਸਾਡੀ ਆਫੀਸ਼ੀਅਲ ਸਾਈ ਪਹਿਲੇ ਪੇਜ ਤੇ ਸੈਕੰਡਰੀ ਐਂਡ ਥਰਡ ਤੇ ਨਹੀਂ 4th ਤੇ ਤੁਹਾਨੂੰ ਦੇਖਣ ਨੂੰ ਮਿਲਣ ਗਿਆ ਪੰਜਾਬ ਦੇ ਵੈਕੈਂਸੀਸ ਠੀਕ ਹੈ ਉਹਨਾਂ ਨੂੰ ਜਾ ਕੇ ਤੁਸੀਂ ਜ਼ਰੂਰ ਚੈੱਕ ਕਰ ਲੈਣਾ ਹੁਣ ਆਪਾਂ ਗੱਲ ਕਰਾਂਗੇ ਪੰਜਾਬ ਪੋਸਟ ਆਫਿਸ ਜਿਹੜੀ ਰਿਕਰੂਟਮੈਂਟ ਆਊਟ ਕੀਤੀ ਗਈ ਹੈ ਕਿੰਨੀਆਂ ਪੋਸਟਾਂ ਇਹਦੇ ਵਿੱਚ ਆਊਟ ਕੀਤੀਆਂ ਗਈਆਂ ਕੌਣ ਇਹਦੇ ਵਿੱਚ ਕਦੋਂ ਤੋਂ ਕਦੋਂ ਤੱਕ ਅਪਲਾਈ ਕਰ ਸਕਦਾ ਕੁਆਲਿਫੀਕੇਸ਼ਨ ਕੀ ਹੋਏਗੀ ਏਜ ਲਿਮਿਟ ਤੇ ਉਹਦੇ ਨਾਲ ਨਾਲ ਸਿਲੈਕਸ਼ਨ ਤੁਹਾਡੀ ਕਿੱਦਾਂ ਹੋਊਗੀ ਤੇ ਇੰਪੋਰਟੈਂਟ ਡੇਟਸ ਤੁਹਾਨੂੰ ਮੈਂ ਸਾਰਾ ਇਸ ਵੀਡੀਓ ਦੇ ਵਿੱਚ ਸਟੈਪ ਬਾਈ ਸਟੈਪ ਦੱਸਾਂਗੀ ਅਸੀਂ ਹੁਣ ਚੱਲਦੇ ਹਾਂ ਆਫੀਸ਼ੀਅਲ ਨੋਟੀਫਿਕੇਸ਼ਨ ਦੇ ਉੱਤੇ ਜਿਹਨੂੰ ਮੈਂ ਡਾਊਨਲੋਡ ਕਰ ਲਿੱਤਾ ਹੈ ਪੀਡੀਐਫ ਤੁਸੀਂ ਦੇਖ ਸਕਦੇ ਆ ਪੰਜਾਬ ਪੋਸਟ ਆਫਿਸ ਦੀ ਜਿਹੜੀ ਰਿਕਰੂਟਮੈਂਟ ਹੈ ਉਹ ਆਊਟ ਅੱਜ ਕਰ ਦਿੱਤੀ ਗਈ ਹੈ ਸਭ ਤੋਂ ਪਹਿਲਾਂ ਤੁਹਾਡੇ ਵਾਸਤੇ ਹਮੇਸ਼ਾ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਪਹਿਲਾ ਲਿੰਕ ਤੁਹਾਨੂੰ ਏਸੇ ਰਿਕਰੂਟਮੈਂਟ ਦਾ ਮਿਲੇਗਾ ਜਦੋਂ ਤੁਸੀਂ ਉਸ ਲਿੰਕ ਤੇ ਕਲਿੱਕ ਕਰੋਗੇ ਥੋੜਾ ਸਕਰੋਲ ਕਰਕੇ ਲਾਸਟ ਵਿੱਚ ਲਿਖਿਆ ਹੋਏਗਾ ਅਪਲਾਈ ਔਨਲਾਈਨ ਤੇ ਪੰਜਾਬ ਪੋਸਟ ਆਫਿਸ ਨੋਟੀਫਿਕੇਸ਼ਨ ਡਾਊਨਲੋਡ ਉੱਥੇ ਕਲਿੱਕ ਕਰਕੇ ਡਾਊਨਲੋਡ ਕਰਨਾ ਤੁਸੀਂ ਪਹਿਲਾਂ ਠੀਕ ਹੈ ਰੀਡ ਕਰਕੇ ਉੱਥੇ ਤੁਸੀਂ ਅਪਲਾਈ ਕਰ ਲੈਣਾ ਫਿਰ ਤੁਹਾਡੇ ਕੋ ਆ ਇੰਟਰਫੇਸ ਜਿਹੜਾ ਓਪਨ ਹੋਵੇਗਾ ਕਰ ਸਕਦੇ ਆ 11 12 2020 ਤੱਕ ਤੁਸੀਂ ਅਪਲਾਈ ਕਰਨਾ ਹੈ ਯਾਨੀ ਕਿ ਲਾਸਟ ਡੇਟ ਆਪਲਾਈ ਕਰਨ ਦੀ ਉਸ ਤੋਂ ਬਾਅਦ ਰਜਿਸਟ੍ਰੇਸ਼ਨ ਤੁਹਾਨੂੰ ਕਰਨੀ ਪਈ ਹੈ ਇਹਦੇ ਅਫੀਸ਼ੀਅਲ ਸਾਈਟ ਦੇ ਉੱਤੇ ਜਿਹਦੇ ਵਿੱਚ ਤੁਸੀਂ ਆਪਣਾ ਪਹਿਲਾ ਨਾਮ ਲਿਖਣਾ ਹੈ ਕੈਪੀਟਲ ਲੈਟਰ ਚ ਫਾਦਰ ਨੇ ਮੋਬਾਈਲ ਨੰਬਰ ਡੇਟ ਆਫ ਬਰਥ ਜੈਂਡਰ ਸਿਲੈਕਟ ਕਰਨਾ ਕਮਿਊਨਿਟੀ ਉਸ ਤੋਂ ਬਾਅਦ ਜਿਹੜੀ ਅਦਰ ਡਿਟੇਲਸ ਆ ਉਹ ਤੁਸੀਂ ਜਿਹੜੀਆਂ ਉੱਥੇ ਫਿਲ ਕਰਕੇ ਪਹਿਲਾਂ ਰਜਿਸਟ੍ਰੇਸ਼ਨ ਕਰਨੀ ਹੈ ਥੈਨ ਤੁਸੀਂ ਲੌਗਇਨ ਕਰਕੇ ਜਿਹੜਾ ਅਪਲਾਈ ਕਰਨਾ ਹੈ ਆ ਹੁਣ ਅਸੀਂ ਗੱਲ ਕਰਦੇ ਆਂ ਇਹਦੇ ਵਾਸਤੇ ਕੀ ਕੀ ਐਲੀਜੀਬਿਲਟੀ ਆ ਕਿੰਨੀਆਂ ਵੈਕੈਂਸੀਜ਼ ਆ ਜਿਹੜੀਆਂ ਆਊਟ ਕੀਤੇ ਗਏ ਆ ਤੇ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਆ ਕਿ ਇਹਦੇ ਵਿੱਚ 516 ਵੈਕੈਂਸੀਜ਼ ਆ ਜਿਹੜੀਆਂ ਪੰਜਾਬ ਵਾਸਤੇ ਆਊਟ ਹੋ ਚੁੱਕੀਆਂ ਫਾਈਨਲੀ 516 ਵੈਕੈਂਸੀਜ਼ ਆ ਇਹ ਨੋਟੀਫਿਕੇਸ਼ਨ ਰੀਲੀਜ਼ ਕਰ ਦਿੱਤਾ ਗਿਆ ਹੈ ਬਹੁਤ ਵਧੀਆ ਮੌਕਾ ਤੁਹਾਡੇ ਕੋਲ ਆ ਚੁੱਕਾ ਆ ਤੇ ਇਹਦੇ ਵਿੱਚ ਜਨਰਲ OBC EWS ਜਿਹੜੇ ਕੈਂਡੀਡੇਟ ਆ ਮੇਲ ਕੈਂਡੀਡੇਟ ਉਹਨਾਂ ਵਾਸਤੇ 100 ਰੁਪੀ ਐਪਲੀਕੇਸ਼ਨ ਦੀ ਫੀ ਹੈ कोई अदर चार्जेस नहीं है ओनली हंडर्ड रुपीज उ पे करने हैं, सिर्फ मेल कैंडिडेट जर्नल ओ बी सी ई डब्ल्यू एस ठीक है फीमेल कैंडिडेट, चाहे वो जर्नल चाहे ओ बी सी एस सी एस टी किसी ने कोई एप्लीकेशन फी थे पे नहीं करनी है इस तो अलावा एस सी एस टी पी डब्ल्यू डी कैंडीडेट लिए फी इतें नहीं देनी है। ਉਨਾ ਪਗਲ ਕਰਦੇ ਆ ਪਹਿਲਾ ਏਜ ਲਿਮਿਟ ਦੀ ਜੀਡੀਐਸ ਦੀਆਂ ਵੈਕੈਂਸੀਸ ਆਊਟ ਹੋਈਆਂ ਆ ਤੁਸੀਂ ਦੇਖ ਸਕਦੇ ਆ ਗ੍ਰਾਮੀਨ ਡਾਕ ਸੇਵਕ ਦੀਆਂ 18 ਤੋਂ 40 ਸਾਲ ਤੁਹਾਡੀ ਉਮਰ ਹੱਦ ਹੈਗੀ ਤੁਸੀਂ ਐਲੀਜੀਬਲ ਹੋ ਅਪਲਾਈ ਕਰ ਸਕਦੇ ਆ ਐਸਸੀ ਐਸਟੀ ਲਈ 5 ਸਾਲ ਦਾ ਰਿਲੈਕਸੇਸ਼ਨ ਮਿਲੇਗਾ ਓਬੀਸੀ ਵਾਸਤੇ 3 ਸਾਲ ਦਾ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਆ ਈਡਬਲਯੂਐਸ ਦੇ ਵਾਸਤੇ ਜਿਹੜਾ ਨੋ ਰਿਲੈਕਸੇਸ਼ਨ ਪੀਡਬਲਯੂਡੀ ਦੇ 10 ਸਾਲ ਦਾ ਪੀਡਬਲਯੂਡੀ ਓਬੀਸੀ ਕੈਂਡੀਡੇਟ ਲਈ 13 ਸਾਲ ਦਾ ਐਸਸੀ ਐਸਟੀ ਪੀਡਬਲਯੂਡੀ ਲਈ ਹੈਗਾ 15 ਸਾਲ ਦਾ ਤਾਂ ਤੁਸੀਂ ਐਲੀਜੀਬਲ ਹੋਗੇ ਅਪਲਾਈ ਕਰ ਸਕਦੇ 10ਵੀਂ ਪਾਸ ਕੈਂਡੀਡੇ ਜਾਬੀ ਦੀ ਨੌਲੇਜ ਹੈਗੀ ਆ ਉਹ एलिजिਬਲ ਨੇ ਅਪਲਾਈ ਕਰ ਸਕਦੇ ਆ ਤੇ 10ਵੀਂ ਦੇ ਮਾਰਕਸ ਦੇ ਬੇਸਿਸ ਤੇ ਮੈਰਿਟ ਲੱਗੇਗੀ ਉਸੇ ਬੇਸਿਸ ਤੇ ਤੁਹਾਡੀ ਜੜੀਆਂ ਦੇ ਵਿੱਚ ਸਿਲੈਕਸ਼ਨ ਹੋ ਜਾਏਗੀ ਠੀਕ ਹੈ ਹੁਣ ਮੈਂ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਚ ਦੇ ਦਿੱਤਾ ਆ ਉੱਥੇ ਜਾ ਕੇ ਹੁਣੇ ਅਪਲਾਈ ਕਰ ਲਓ ਜੇ ਤੁਸੀਂ एलिजिਬਲ ਆ ਕੋਈ ਕੁਐਸਚਨ ਹੋਊਗਾ ਕਮੈਂਟ ਕਰਕੇ ਪੁੱਛ ਸਕਦੇ ਆ ਵੱਧ ਤੋਂ ਵੱਧ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਧੰਨਵਾਦ